ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ੇ ਦਾ ਖਾਤਮਾ ਕਰਨ ਵਾਸਤੇ ਐਸ ਟੀ ਐਫ ਦਾ ਗਠਨ ਕੀਤਾ ਗਿਆ ਸੀਗਾ। ਐਸ ਟੀ ਐਫ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਵਿੱਚ 194 ਕੇ ਜੀ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਐਸ ਟੀ ਐਫ ਦੇ ਚੀਫ ਹਰਪ੍ਰੀਤ ਸੰਧੂ ਸਾਡੇ ਨਾਲ ਮੌਜੂਦ ਨੇ। ਸਰ, ਕੀ ਕਹਿਣਾ ਚਾਹੁੰਦੇ ਜੀ, ਇੰਨੀ ਵੱਡੀ ਬਰਾਮਦਗੀ ਹੋਈ ਹੈ, ਇਹ ਕਾਫੀ ਸਮੇਂ ਤੋਂ ਇੱਥੇ ਚੱਲ ਰਿਹਾ ਸੀ, ਲੋਕਲ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਐਸ ਟੀ ਐਫ ਦੀ ਟੀਮ ਨੇ ਚੰਡੀਗੜ੍ਹ ਆ ਕੇ ਛਾਪਾ ਮਾਰਿਆ? ਨਹੀਂ, ਐਸ ਟੀ ਐਫ ਦੀ ਟੀਮ ਚੰਡੀਗੜ੍ਹ ਤੋਂ ਨਹੀਂ ਆਈ, ਉਹ ਇੱਥੇ ਅੰਮ੍ਰਿਤਸਰ ਦੀ ਐਸ ਟੀ ਐਫ ਦੀ ਬਾਰਡਰ ਰੇਂਜ ਦੀ ਟੀਮ ਹੈ, ਲੈਡ ਬਾਈ ਏ ਆਈ ਜੀ ਰਸ਼ਪਾਲ ਸਿੰਘ ਐਂਡ ਦਾ ਆਈ ਓ ਐਸ ਡੀ ਐਸ ਪੀ ਭਵਿੰਦਰ ਇੱਥੇ ਨੇ। ਦੋਨਾਂ ਨੇ ਬੜਾ ਵਧੀਆ ਕੰਮ ਕੀਤਾ, ਇਹਨਾਂ ਦੇ ਮੁੰਡਿਆਂ ਨੇ ਬੜਾ ਚੰਗਾ ਕੰਮ ਕੀਤਾ, ਸਟਾਫ ਨੇ, ਅਤੇ ਇਹ ਲੋਕਲ ਹੀ ਹੈਗੇ ਸਾਰੇ। ਇਸ ਕੇਸ ਵਿੱਚ ਟੋਟਲ ਕਿੰਨੇ ਗ੍ਰਿਫਤਾਰ ਕੀਤੇ ਗਏ ਬੰਦੇ? ਸੋ ਫਾਰ 1 ਲੇਡੀ ਐਂਡ 5 ਮੈਨ। ਲੇਡੀ ਦਾ ਕੀ ਸਰ ਕੀ ਰੋਲ ਹੈ? ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ, ਐਫ ਆਈ ਆਰ 'ਚ ਨੇਮਡ ਹੈ, ਅਤੇ ਉਹਦਾ ਰੋਲ ਐਗਜੈਕਟਲੀ ਚੈੱਕ ਹੋ ਰਿਹਾ ਵੀ ਉਹ ਕਿਸ ਹੱਦ ਤੱਕ ਇਹਦੇ ਵਿੱਚ ਇਨਵੋਲਵ ਸੀਗੀ, ਜਾਂ ਉਹਦਾ ਕੋਈ ਲਾਈਟ ਤਰੀਕੇ ਦਾ ਹੀ ਇਨਵੋਲਵਮੈਂਟ ਸੀਗਾ, ਜਾਂ ਐਕਚੁਅਲੀ ਡਰੱਗਸ ਦੇ ਸਪਲਾਈ ਦੇ ਵਿੱਚ ਇਨਵੋਲਵ ਸੀਗੀ ਕਿ ਨਹੀਂ, ਉਹ ਸਾਰਾ ਕੁਝ ਚੈੱਕ ਹੋ ਰਿਹਾ। ਇੱਕ ਕੱਪੜੇ ਦਾ ਵਪਾਰੀ ਅੰਕੁਸ਼ ਦੇ ਨਾਮ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ, ਉਹਦੇ ਕੀ ਕਨੈਕਸ਼ਨ ਸੀ ਸਰ? ਉਹ ਫਿਲਹਾਲ ਜਿੰਨੇ ਬੰਦੇ ਫੜੇ ਗਏ ਉਹਨਾਂ ਦਾ ਕਿੰਗ ਪਿੰਨ ਦੇ ਰੂਪ ਵਿੱਚ ਸਾਹਮਣੇ ਆ ਰਿਹਾ, ਅਤੇ ਸਾਰਾ ਕਾਰੋਬਾਰ ਉਹੀ ਚਲਾ ਰਿਹਾ ਸੀਗਾ ਡਰੱਗਸ ਦਾ। ਉਹਦੇ ਰੋਲ ਨੂੰ ਅਸੀਂ ਫਰਦਰ ਪ੍ਰੂਵ ਕਰਾਂਗੇ, ਇਟਸ ਕੁਆਇਟ ਇੰਪੋਰਟੈਂਟ। ਪ੍ਰੋਕਲੇਮ ਅਫੈਂਡਰ ਦੀ ਗੱਲ ਕਰ ਰਹੇ ਤੁਸੀਂ, ਸਿਮਰਜੀਤ ਦੀ, ਉਹਦਾ ਕੀ ਰੋਲ ਹੈ? ਉਹ ਇਹਦੇ ਨਾਲ ਲਿੰਕਡ ਹੈਗਾ ਅੰਕੁਸ਼ ਦੇ ਨਾਲ, ਜਿੰਨਾ ਹੁਣ ਤੱਕ ਸਾਹਮਣੇ ਆਇਆ। ਸਰ, ਜੇ ਐਡੀ ਵੱਡੀ ਖੇਪ ਜਿਹੜੀ ਆਈ, ਉਹ ਆਈ ਕਿੱਥੋਂ? ਇੰਨੀ ਵੱਡੀ ਜਿਹੜੀ ਖੇਪ, ਔਰ ਜਿਹੜੀ ਮਿਕਸਚਰ ਹੋਣਾ ਸੀ, ਔਰ ਕਿੱਥੇ ਕਿੱਥੇ ਖੇਪ? ਆਲਰੇਡੀ ਆਨਸਰਡ ਇਟ ਮੈਨੀ ਟਾਈਮਸ, ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ, ਆਈ ਕੈਨ ਨਾਟ ਡਿਸਕਲੋਜ਼ ਅਦਰ ਡਿਟੇਲਸ ਵਿਚ ਵਿਲ ਮੇ ਅਫੈਕਟ ਦ ਕੇਸ। ਅਤੇ ਇਹ ਸਨ ਐਸ ਟੀ ਐਫ ਦੇ ਚੀਫ ਏ ਡੀ ਜੀ ਪੀ ਹਰਪ੍ਰੀਤ ਸਿੰਘ ਸਿੱਧੂ, ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਵੀ ਹੁਣ 194 ਕਿਲੋ ਦੀ ਜਿਹੜੀ ਖੇਪ ਹੈ ਉਹ ਬਰਾਮਦ ਕੀਤੀ ਗਈ ਹੈ। ਇਸ ਵਿੱਚ ਇੱਕ ਅਫਗਾਨੀ ਅਤੇ ਨਾਲ ਇੱਕ ਲੜਕੀ ਅਤੇ 4 ਹੋਰ ਆਰੋਪੀ ਗ੍ਰਿਫਤਾਰ ਕੀਤੇ ਗਏ ਨੇ। ਫਿਲਹਾਲ ਐਸ ਟੀ ਐਫ ਵੱਲੋਂ ਲੜਕੀ ਦੀ ਭੂਮਿਕਾ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ, ਅਤੇ ਇਸ ਕੇਸ ਵਿੱਚ 6 ਆਰੋਪੀ ਜਿਹੜੇ ਨੇ ਐਸ ਟੀ ਐਫ ਨੇ ਗ੍ਰਿਫਤਾਰ ਕੀਤੇ ਨੇ, ਬਾਕੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।